ਦੋ ਕੁੜੀਆਂ ਕੁੜੀਆਂ ਸੀ, 3-4 ਕਿੱਲੇ ਜ਼ਮੀਨ ਦੇ ਸੀ। ਕੀ ਹੁੰਦਾ, ਇਹ ਪਹਿਲਾਂ ਤੋਂ ਬੜੀ ਖੁੱਲੀ ਸੀ। ਬਾਈ ਲਿਖਦਾ ਦਿਨਾ ਕਾਂਗਰਸੀ ਫੜਿਆ ਗਿਆ ਬੇਟੇ ਨਾਲ, ਬੜੇ ਕੀ ਹਾਲ ਆ ਬਈ, ਚਲੋ ਸਾਰੀ ਕਰਦੇ ਗੱਲ। ਬਾਈ ਬੋਲੇ ਸ਼ਹਿਰ ਦੱਬੀ ਚਲੋ ਯਾਰ, ਸਾਰੀ ਗੱਲ ਦੱਸੂਗਾ। ਬਠਿੰਡੇ ਆਪਣੇ ਤਪੇ ਨਾਲ ਵੀ ਜੁੜੀ ਹੋਈ ਹੈ ਕੁੜੀ, ਤਪੇ ਨਾਲ ਵੀ ਜੁੜੀ, ਮੈਂ ਸਾਰੀ ਗੱਲ ਦੱਸੂਗਾ ਬਈ ਸ਼ਹਿਰ ਕਰਦੇ। ਸੱਤਵੀਂ ਦੇ ਵਿੱਚ ਪੜ੍ਹਦੀ ਸੀ ਤੇ ਆਰ ਓਰਕੈਸਟਰਾ ਵਾਲਿਆਂ ਨਾਲ ਜਾਣਾ ਇਹਨੇ ਸ਼ੁਰੂ ਕਰਤਾ। ਤਾਂ ਇਹਦੇ ਜਿਹੜੇ ਚਾਚੇ ਤਾਏ ਸੀ ਉਹ ਔਖੇ ਹੁੰਦੇ ਸੀ, ਸ਼ਰਮੀ ਮੰਨਦੇ ਸੀ, ਇਹਨਾਂ ਨੂੰ ਕਹਿੰਦੇ ਸੀ ਇਹ ਪਰ ਨਹੀਂ ਹਟਦੀ ਸੀ। ਨਾਲੀ ਮਾਂ ਸੀ ਇਹਦੀ, ਰਲੀ ਹੋਈ ਰਲੀ ਹੋਈ ਕਿਉਂ ਹੋਊਗਾ, ਮੇਰੀ ਮਾਂ ਨੂੰ ਮਿਲਿਆ ਮੈਂ ਸੰਸਾਰੀ ਨੇ। ਮੈਂ ਕਿਹਾ ਉਹਨੂੰ ਤੁਸੀਂ ਹਟਾਓ ਕੁੜੀ ਨੂੰ, ਮੰਨੀ ਹੋਰ ਤੇ ਗੱਲ ਕੁੜੀ ਆਉਂਦੀ ਵੀ ਸੀ ਤੇ ਸਾਰਾ ਕੁਛ ਸੀਗਾ, ਪਰ ਉਹ ਪਤਾ ਨੀ ਉਹਦਾ ਕਿਹਦਾ ਸਿਰਦਾ ਉੱਥੇ ਸਾਰੀ ਜ਼ਿੰਦਗੀ ਜਾਓ ਕਿ ਮੈਂ ਤਾਂ ਇਹੀ ਕੁਛ ਕਰਨਾ। ਜਿਹੜੀਆਂ ਗੰਦ ਪਾਉਣੀਆਂ ਤੇ ਇਹਨਾਂ ਦਾ ਕੰਮ ਇਹੀ ਆ
ਮੇਲ ਕਰਦੀਆਂ ਨੇ, ਠੀਕ ਹੈ, ਬਲੈਕਮੇਲ ਕਰਦੀਆਂ ਨੇ ਜਾਂ ਲੋਕਾਂ ਨੂੰ ਮੁੰਡੇ ਗੱਲਾਂ 'ਚ ਆ ਜਾਂਦੇ ਨੇ, ਫਿਰ ਬਈ ਪੈਸੇ ਦੇ ਕੇ ਖੜਾ ਛਡਾਉਂਦੇ ਨੇ। ਇਹਦੀ ਸ਼ਾਹੀ ਜ਼ਿੰਦਗੀ, ਚੰਗੇ ਲੀੜੇ ਪਾਉਣੇ, ਚੰਗੇ ਥਾਂ ਰਹਿਣਾ, ਤੁਸੀਂ ਦੇਖੀ ਵੀਡੀਓ, ਆ ਸਾਹਮਣੇ ਆ ਗਈ ਸਾਰੀ ਗੱਲਬਾਤ। 35 ਲੱਖ ਰੁਪਇਆ ਮੰਗਦੇ ਸੀ ਕਿਸੇ ਤੋਂ, ਨਹੀਂ ਤੇਰੀ ਵੀਡੀਓ ਪਾ ਦੇ ਸਾਡੇ ਕੋਲ, ਤੇਰੀ ਵੀਡੀਓ ਕੋਈ ਉਹਦੇ ਨਾਲ ਕੁਛ ਗਲਤ ਕਰਿਆ ਸੀ, ਉਹਦੀ ਇਹਦੇ ਕੋਲ ਵੀਡੀਓ ਸੀ, ਨਹੀਂ ਅਸੀਂ ਵੀਡੀਓ ਲੀਕ ਕਰ ਦੇਣੇ, ਸਾਨੂੰ 35 ਕਰੋੜ ਰੁਪਇਆ ਮੰਗਦੇ ਸੀ ਕਰੋੜ, ਅਤੇ ਦਿੱਤਾ 35 ਲੱਖਾਂ ਦੀ, ਸੌਦਾ ਤੈਅ ਹੋ ਗਿਆ। ਜਦੋਂ ਦੇਣ ਆਏ ਉਦੋਂ ਤੋਂ ਪੁੱਛੇ, ਜਦੋਂ ਪੈਸੇ ਲੈਣ ਆਏ ਮਤਲਬ, ਠੀਕ ਹੈ, ਡਾਕਟਰ ਲਿਖੇ ਬੋਲਦਾ ਬਹੁਤ ਵਧੀਆ ਸੁਭਾਅ ਦਾ ਮਾਲਕ, ਹਾਂ ਬਈ ਬਹੁਤ ਵਧੀਆ ਮੁੰਡਾ, ਇੱਕ ਮਿਰਚੀ ਮੁਰਚੀ ਗਈ ਆ ਉਹ ਵੀ ਉਹ ਬੜਾ ਗੰਦ ਬੋਲੇ, ਸਾਰਿਆਂ ਦੀ ਗੁੰਟੀ ਇਕੱਠੀਆਂ ਗੱਲਬਾਤ ਕਰਦੀਆਂ ਰਹਿੰਦੀਆਂ ਸੀ ਇਹ 'ਤੇ ਆਪਣੇ ਦੇਸ਼ ਤੋਂ ਇੰਸਟਾਗ੍ਰਾਮ 'ਤੇ, ਮਿੱਟੀ ਮੁੱਟੀ ਦਾ ਜਮਾਂ ਸਿੱਧੀ ਹੋਈ ਫਿਰਦੀ ਆ, ਪਤਾ ਨਹੀਂ ਬਾਹਰ ਬੁਹਰ ਰਹਿੰਦੀ ਕੀ ਹਿਸਾਬ ਕਿਤਾਬ ਆ, ਅਤੇ ਇਹ ਬਈ ਬੜਾ ਕਹਿੰਦੇ ਇਹਦੇ ਤੱਕ ਮੈਂ ਸੁਨੇਹੇ ਭੇਜੇ, ਠੀਕ ਆ, ਪਰ ਮੈਨੂੰ ਪਤਾ ਨਹੀਂ ਸੀ ਕਿੱਥੇ ਨਹੀਂ ਕੀ, ਨਾ ਹੀ ਆਪਾਂ ਕੁੜੀ ਨਾਲ ਗੱਲਬਾਤ ਕਰ ਸਕਦੇ ਹਾਂ, ਮੈਂ ਵੀਡੀਓ ਪਾਈ ਵੀ ਹਟ ਜਾਣ ਤੱਕ ਮੇਰੀ ਤੇਰੀ ਚੱਲੀ ਔਰ ਪਹੁੰਚੀ ਵੀ ਹੋਊਗੀ, ਉਹ ਕਹਿੰਦੀ ਮੈਂ ਤਾਂ ਹਟਦੀ ਨਹੀਂ, ਕਹਿੰਦੀ ਮੇਰਾ ਖਰਚਾ ਕੌਣ ਦੇ, ਮੇਰਾ ਮੈਂ ਦੂਰ ਰੱਖਦੇ ਆ ਜਦੋਂ ਮੈਂ ਡਿਲੀਟ ਕਰਦੀ ਹਾਂ ਅਕਾਊਂਟ, ਗਾਲਾਂ ਕੱਢਦੀ ਸਿੱਧੀਆਂ ਬੜੀਆਂ ਲੋਕਾਂ ਨੂੰ, ਗੰਦੀਆਂ ਗਾਲਾਂ ਬੰਦੇ ਵੀ ਨਹੀਂ ਹੋਈਆਂ ਕੱਢਦੇ, ਗਹਿਰੀਆਂ ਇਹ ਕੱਢਦੀ ਸੀ, ਠੀਕ ਆ, ਬਾਈ ਲਿਖੀ ਇਹਨਾਂ ਮਿੱਟੀ ਸੁਰਲੀਨ, ਹਾਂ ਅਤੇ ਪਰ ਇਹਦਾ ਜ਼ਿਆਦਾ ਟੱਪੀ ਹੋਈ ਸੀ ਹੱਦ ਬਾਈ ਯਾਰ, ਅਤੇ ਲੋਕ ਇਹਦਾ ਚੌਂਕ ਦੌਂਕ ਦੇਖ ਕੇ ਪਤਾ ਨਹੀਂ ਕਿੱਡੇ ਕੁ ਤਕੜੇ ਘਰ ਦੀ ਕੁੜੀ ਹੋਊਗੀ, ਫਸੀ ਆਉਂਦੇ ਸੀ ਵੀ ਹਾਈ ਫਾਈ ਆ, ਚੰਡੀਗੜ੍ਹ ਰਹਿੰਦੀ ਆ ਮੁੰਡ, ਅਤੇ ਸਿਸਟਮ ਇਹਦਾ ਆ ਸੀ, ਲੱਖ ਦੋ ਲੱਖ ਹੋਏਗਾ, 2-4 ਲੱਖ ਹੋਏਗਾ, ਪਤਾ ਨਹੀਂ ਕਿੰਨੇ ਕਿਹੜੇ ਰਗੜੇ ਹੋਣੇ ਆ, ਸੌ ਮੁੰਡਾ ਭੁੱਲਦਾ, ਬਈ ਵਧੀਆ 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 ਸਰਲੀਨ ਜੀ ਦਾ ਬਾਹਰ ਬੁਹਰ ਵੱਗ ਗਈ, ਬਹਾਰ ਗੰਦ ਦਾ ਪਾਉਂਦੀ ਆ, ਉਹ ਸਿੱਧੀਆਂ ਗਾਲਾਂ ਕੱਢਦੀ ਆ, ਉਹ ਦੱਸ ਹੀ ਨਹੀਂ ਸਕਦੇ ਕਿਵੇਂ, ਠੀਕ ਆ, ਇਹਨਾਂ ਚਾਵਲਾਂ ਦਾ ਸਰਕਾਰ ਨੂੰ ਇਹ ਸ਼ਿਕੰਜਾ ਕਿਸੇ ਨਾ ਪਤਾ ਕਰਨਾ ਚਾਹੀਦਾ ਇਹਨਾਂ ਦਾ ਜੀ, ਵੀ ਕਿੱਥੋਂ ਪੈਸਾ ਆਉਂਦਾ, ਕੀ ਇਹਨਾਂ ਦਾ ਕੰਮ ਹੈ, ਕੀ ਧੰਦਾ, ਕੌਣ ਰਹੂ ਮਾਲੀ ਜਿਹਦੇ ਪਿੱਛੇ ਸਪੋਰਟ ਨਾ ਹੋਵੇ, ਠੀਕ ਹੈ, ਪਿੱਛੋਂ ਇਹਦੇ ਭੈਣ ਉਹ ਥੋੜ੍ਹਾ ਜਿਹਾ ਫਰਕ ਸੀਗਾ, ਵਧੀਆ ਡਾਕਟਰ ਦਾ ਗੱਲ ਘਰ ਵੀ ਬਣ ਕੇ ਸੁਸੈਕਟ ਸੀ ਕੰਮ, ਪਰ ਇਹਦੇ ਕਰਕੇ ਉਹਦਾ ਸਾਰਾ ਕੁਛ ਹੋਇਆ, ਠੀਕ ਹੈ,
Sağlar, peki sağlar, ne yapayım, ne yapayım.